ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨਾਲ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਤੁਹਾਨੂੰ ਦੱਸ ਕਿ ਨਹਿਰੀ ਪਾਣੀ ਕਰੀਬ 20 ਸਾਲ ਤੋਂ ਬਾਅਦ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਮੇਂ ਦੀਆਂ ਸਰਕਾਰਾਂ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਦੇ ਵਿੱਚ ਪਹੁੰਚਾਉਣ ਦਾ ਬੀੜਾ ਨਹੀਂ ਚੁੱਕਿਆ ਗਿਆ। ਜੇਕਰ ਨਾਭਾ ਬਲਾਕ ਦੇ ਪਿੰਡ ਮਹਿਮ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਹਿਰੀ ਪਾਣੀ ਸੂਈਆਂ ਦੇ ਰਾਹੀਂ ਖੇਤਾਂ ਦੇ ਵਿੱਚ ਪਹੁੰਚ ਚੁੱਕਿਆ ਅਤੇ ਕਿਸਾਨ ਬੇਝਿਜਕ ਹੋ ਕੇ ਝੋਨਾ ਲਗਾ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਵੱਲੋਂ ਜੋ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵੇਖੋ, ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਅਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ, ਕਿਉਂਕਿ ਕੱਲ੍ਹ ਤੋਂ ਲੈ ਕੇ ਨਿਰੰਤਰ ਇੱਕ ਤਾਂ ਜਿਹੜੀ ਬਿਜਲੀ ਦਾ ਦਿੱਤਾ ਸੀ ਇਹਨਾਂ ਨੇ ਵੀ 21 ਤਰੀਕ ਤੋਂ ਬਿਜਲੀ ਦਾਂਗੇ, ਉਹ ਜੀਰੀਆਂ ਲੱਗ ਰਹੀਆਂ ਨੇ ਨਿਰੰਤਰ। ਸਵੇਰੇ 5 ਵਜੇ ਤੋਂ ਲੈ ਕੇ 1 ਵਜੇ ਤੱਕ ਲਾਈਟ ਚੱਲ ਰਹੀ 8 ਘੰਟੇ ਨਿਰੰਤਰ ਬਿਨ ਕੱਟ ਲੱਗਣ ਤੋਂ। ਉਹਦੇ ਨਾਲ ਦੀ ਨਾਲ ਜਿਹੜੇ ਨਹਿਰੀ ਪਾਣੀ ਨੇ ਸੂਹਿਆਂ ਦੇ ਕੱਸੀਆਂ ਦੇ ਜਿਹੜੇ ਪਾਣੀ ਨੇ ਚੱਲ ਰਹੇ ਨੇ, ਕਿਉਂਕਿ ਉਹਦੇ ਵਿੱਚ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਜੀਰੀ ਲਾਉਣੀ ਸੌਖੀ ਹੋ ਜਾਏਗੀ। ਇਹਦੇ ਨਾਲ ਜਿਹੜਾ ਮੋਟਰਾਂ ਦਾ ਪਾਣੀ ਵੀ ਥੋੜ੍ਹਾ ਜਿਹਾ ਘੱਟ ਬਚਤ ਹੋਏਗੀ, ਤਾਂ ਕਿ ਜਿਹੜਾ ਸਾਡਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਉਹ 'ਚ ਸਾਨੂੰ ਫਾਇਦਾ ਹੋਏਗਾ। ਸੋ ਸੂਹਿਆਂ ਦਾ ਪਾਣੀ ਲੱਗਣ ਨਾਲ ਇੱਕ ਤਾਂ ਜੀਰੀ ਛੇਤੀ ਲੱਗੇਗੀ, ਇੱਕ ਜਿਹੜੀ ਲਾਈਟ ਦੀ ਖਪਤ ਘੱਟ ਹੋਏਗੀ, ਦੂਜਾ ਜਿਹੜਾ ਧਰਤੀ ਦਾ ਪਾਣੀ ਹੈ ਉਹ ਜੋ ਦਿਨੋਂ ਦਿਨ ਘੱਟ ਰਿਹਾ ਉਹ 'ਚ ਸਾਨੂੰ ਫਾਇਦਾ ਹੋਏਗਾ ਜੀ। ਪਹਿਲੀ ਵਾਰੀ ਜਿਹੜਾ ਨਿਰਣੇ ਲਿਆ ਗਿਆ? ਹਾਂ, ਵੇਖੋ, ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ, ਸਾਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੈ। ਅਗਲੀ ਵਾਰ ਇੱਥੇ ਸਾਰੇ ਪੈਪ ਪਾਏ ਜਾਣਗੇ, ਸੋ ਥੋੜ੍ਹਾ ਜਿਹਾ ਹੋਰ ਸੌਖਾ ਹੋ ਜਾਏਗਾ ਜ਼ਿਮੀਂਦਾਰ ਭਰਾਵਾਂ ਨੂੰ। ਪਹਿਲਾਂ ਕਿਉਂ ਨਹੀਂ ਹੁੰਦਾ ਸੀਗਾ? ਵੇਖੋ, ਸਰ ਸਰਕਾਰ ਦੀ ਆਪੋ ਆਪਣੀ ਸੋਚ ਹੁੰਦੀ, ਆਪਾਂ ਕੀ ਕਹਿ ਸਕਦੇ ਹਾਂ, ਪਰ ਜੋ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ, ਖਾਸ ਕਰਕੇ ਕਿਸਾਨਾਂ ਵਾਸਤੇ ਜੀ। ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ MLA ਗੁਰਦੇਵ ਸਿੰਘ ਦੇਵਮਨ ਦਾ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਉਹ ਆਪ ਪ੍ਰਸ਼ਾਸਨ ਨੂੰ ਬੁਲਾ ਬੁਲਾ ਕੇ ਜਿਹੜੇ ਵੀ ਕਿਸੇ ਹਰੇਕ ਮਹਿਕਮੇ ਨਾਲ ਸੰਬੰਧਿਤ ਨੇ, ਖਾਸ ਕਰਕੇ ਹੁਣ ਜਿਹੜੇ ਨਹਿਰੀ ਪਾਣੀ ਚੱਲ ਰਹੇ ਨੇ, ਸਾਰੇ ਪ੍ਰਸ਼ਾਸਨ ਨੂੰ ਬੁਲਾ ਕੇ ਪੁੱਛਦੇ ਨੇ ਵੀ ਜਿੱਥੇ ਵੀ ਕੋਈ ਕਮੀ ਪੇਸ਼ੀ ਆਪ ਜਾ ਕੇ। ਵੇਖੋ, ਸਾਰੇ ਜ਼ਿਮੀਂਦਾਰ ਭਾਈ ਖੜ੍ਹੇ ਨੇ, ਸਾਰਾ ਪ੍ਰਸ਼ਾਸਨ ਖੁਦ ਖੇਤਾਂ ਚੱਲ ਕੇ ਆ ਰਿਹਾ, ਇਸ ਕਰਕੇ ਅਸੀਂ ਨਾਭੇ ਦੇ ਹਲਕੇ ਦੇ MLA ਗੁਰਦੇਵ ਸਿੰਘ ਦੇਵਮਾਨ ਦਾ ਵੀ ਧੰਨਵਾਦ ਕਰਦੇ ਹਾਂ। ਇਸ ਨਾਲ ਹੀ ਕਿਸਾਨਾਂ ਨੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਮੀਟਿੰਗ ਕਰਕੇ ਨਹਿਰੀ ਪਾਣੀ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਨਹਿਰੀ ਪਾਣੀ ਹੈ ਇਸ ਦੇ ਨਾਲ ਹੀ ਮੋਟਰਾਂ ਦੇ ਪਾਣੀ ਦੀ ਵੀ ਘੱਟ ਲੋੜ ਪਵੇਗੀ, ਕਿਉਂਕਿ ਖੇਤਾਂ ਦੇ ਵਿੱਚ ਨਿਰੰਤਰ ਨਹਿਰੀ ਪਾਣੀ ਆਉਣ ਨਾਲ ਅਸੀਂ ਬਹੁਤ ਖੁਸ਼ ਹਾਂ। 20 ਕੁ ਦਿਨ ਪਹਿਲਾਂ ਪ੍ਰਸ਼ਾਸਨ ਆਇਆ ਸੀ, ਜੋ ਨਹਿਰੀ ਪ੍ਰਸ਼ਾਸਨ ਸੀ ਸਾਰਾ, ਉਹ ਸਾਡੀਆਂ ਜਿਹੜੀਆਂ ਪੁਰਾਣੀਆਂ ਕੱਸੀਆਂ ਹਨ ਜਿਹੜੀਆਂ ਮਤਲਬ ਕਿ ਰੁਕੀਆਂ ਪਈਆਂ ਹਨ, ਨਹੀਂ ਹਨ ਚੱਲਦੀਆਂ, ਕਿਉਂਕਿ 15-20 ਸਾਲਾਂ ਤੋਂ ਲੋਕ ਪਾਣੀ ਨਹੀਂ ਸੰਲਾ ਰਹੇ ਵਿੱਚ ਇਹਦੀ, ਕਿਉਂਕਿ ਉਹ ਕੱਸੀਆਂ ਬੰਦ ਹੋਣ ਕਰਕੇ ਕਿਸੇ ਨੂੰ ਪਾਣੀ ਦੀ ਸਪਲਾਈ ਨਹੀਂ ਸੀ ਜਾਂਦੀ। ਹੁਣ ਉਹ ਆਣ ਕੇ ਮਹਿਕਮੇ ਨੇ ਆਣ ਕੇ ਆਪ ਕੱਸੀਆਂ ਕਢਾਈਆਂ ਨੇ ਸਾਰੀਆਂ, ਅਤੇ ਅਸੀਂ ਮੌਜੂਦ ਸੀ, ਜਿੰਨੀਆਂ ਵੀ ਕੱਸੀਆਂ ਸਾਡੇ ਪਿੰਡ ਦੀਆਂ ਨੇ ਸਾਰੀਆਂ ਚਾਲੂ ਹੋ ਗਈਆਂ ਨੇ। ਅਤੇ ਅੱਜ ਤਕਰੀਬਨ 21 ਤਰੀਕ ਦਾ ਟਾਈਮ ਸੀ, ਲਾਈਟ ਆ ਗਈ ਅਤੇ ਉੱਧਰੋਂ ਸੂਆ ਵੀ ਚੱਲ ਪਿਆ ਜੀ, ਅਤੇ ਸਹੂਲਤ ਤਾਂ ਬਹੁਤ ਵਧੀਆ ਹੋ ਗਈ। ਬਾਕੀ ਲੇਵਲ ਪਾਣੀ ਦਾ ਲੇਵਲ ਵੀ ਜਿਹੜਾ ਉੱਪਰ ਰਹੇਗਾ, ਅਤੇ ਸਾਨੂੰ ਇਹਦੇ ਵਿੱਚ ਬਹੁਤ ਫਾਇਦਾ ਜੀ, ਬਹੁਤ ਧੰਨਵਾਦ ਕਰਦੇ ਜੀ ਸਰਕਾਰ ਦੇ। ਜਿਵੇਂ 20 ਸਾਲ ਤੱਕ ਕਹਿ ਰਹੇ ਹੋ, 20 ਸਾਲ ਪਹਿਲਾਂ ਕਿਸੇ ਨੇ ਦੇਖੀ ਨਹੀਂ ਹੈਗਾ, ਹੁਣ ਸਰਕਾਰ ਵੱਲੋਂ ਨਹੀਂ ਚੱਲਦੀਆਂ ਹਨ ਕੱਸੀਆਂ, ਪਹਿਲਾਂ ਵੀ ਚੱਲਦੀਆਂ ਹਨ, ਕੁਛ ਜਿਹੜੀ ਦੂਰੀ 'ਤੇ ਕੱਸੀਆਂ ਹਨ ਉਹਨਾਂ ਦੀ ਸਫਾਈ ਨਹੀਂ ਸੀ ਹੁੰਦੀ, ਲੋਕਾਂ ਨੇ ਵਾਹਲੀਆਂ ਹਨ, ਕਿਉਂ ਪਹਿਲਾਂ ਜੇ ਅਸੀਂ ਜਾਂਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਡਾ ਮਤਲਬ ਕਿ ਕੱਸੀ ਛਡਾਓ ਜਾਂ ਉਹ ਸਾਡੀ ਗੱਲ ਨਹੀਂ ਸਾਨੂੰ ਸੁਣਦੇ, ਠੀਕ ਹੈ, ਹੁਣ ਪ੍ਰਸ਼ਾਸਨ ਆਪ ਆਣ ਕੇ ਛਡਾ ਰਿਹਾ ਜੀ, ਆਹ ਗੱਲ ਦਾ ਫਰਕ ਹੀ ਹੋ। ਸਰਕਾਰ ਦਾ ਤਾਂ ਵਧੀਆ ਉਪਰਾਲਾ, ਬਿਲਕੁਲ, ਜੇਕਰ ਇਹ ਪਾਣੀ ਖੇਤਾਂ ਵਿੱਚ ਨਾ ਪਹੁੰਚਦਾ ਤਾਂ ਦਿਨੋਂ ਦਿਨ ਤਾਂ ਜਿਹੜਾ ਪਾਣੀ ਆ ਨੀਚੇ ਡਿੱਗਦਾ ਜਾ ਰਿਹਾ, ਇਹਦੇ ਨਾਲ ਬਿਲਕੁਲ ਇਹਦੇ ਨਾਲ ਫਾਇਦਾ ਤਾਂ ਹੋਵੇਗਾ, ਜਿਹੜਾ ਇੱਕ ਸਰਕਾਰ ਦਾ ਰੌਲਾ ਪੈ ਰਿਹਾ ਜੀ, ਆਪਣਾ ਹਰਿਆਣਾ ਸਰਕਾਰ ਸਾਡੇ ਤੋਂ ਪਾਣੀ ਖੋਹਣ ਨੂੰ ਫਿਰਦੀ ਹੈ, ਉਹਦੇ ਵਿੱਚ ਵੀ ਸਾਨੂੰ ਐਂ ਜਦੋਂ ਸਾਡੀਆਂ ਸਾਡਾ ਪਾਣੀ ਇੱਥੇ ਹੀ ਪੂਰਾ ਹੋਏਗਾ, ਅਸੀਂ ਦੇਣ ਯੋਗ ਹੀ ਨਹੀਂ ਪਾਣੀ ਦੂਜੇ ਹਰਿਆਣੇ ਨੂੰ, ਅਤੇ ਜਦੋਂ ਅਸੀਂ ਪਾਣੀ ਪੂਰਾ ਆਪਣੇ ਖੇਤਾਂ 'ਚ ਲਾ ਲਿਆ, ਸਾਡਾ ਪਾਣੀ ਜਿਹੜਾ ਪੂਰਾ ਸਾਨੂੰ ਹੀ ਫਾਇਦਾ ਹੋਏਗਾ, ਸੂਬੇ ਨੂੰ ਪਾਣੀ ਦੇਈਏ, ਠੀਕ ਹੈ ਨਾ ਜੀ। ਹੁਣ ਸਾਡੇ ਕੋਲ ਉਹ ਕਹਿ ਦਿੰਦੇ ਨੇ, ਹਰਿਆਣੇ ਸਰਕਾਰ ਨੇ ਇੱਕ ਪਾਇਆ ਹੋਇਆ ਵੀ ਇਹ ਮਤਲਬ ਕਿ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ, ਕਿਉਂ ਪਾਣੀ ਅਸੀਂ ਕਿਸਾਨ ਹਾਂ, ਅਸੀਂ ਵੀ ਨਹੀਂ ਚਲਾਉਂਦੇ ਹੈਗੇ, ਕਿਉਂਕਿ ਸਾਡੇ ਸਮਰਸੀਬਲ ਮੋਟਰਾਂ ਲੱਗੀਆਂ ਹੋਈਆਂ ਨੇ, ਅਸੀਂ ਵੀ ਥੋੜ੍ਹੀ ਜਿਹੀ ਕੌਲ ਕਰ ਦਿੰਦੇ ਸੀ। 5 ਦਰਿਆਵਾਂ ਵਜੋਂ ਜਾਣੇ ਜਾਂਦੇ ਪੰਜਾਬ 'ਚ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਕੁਦਰਤ ਮਿਹਰਬਾਨ ਹੈ, ਪਰ ਇਸਦੇ ਬਾਵਜੂਦ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਹਿਰੀ ਪਾਣੀ ਅਤੇ ਦਰਿਆਈ ਪਾਣੀ ਦੀ ਵਰਤੋਂ ਟਿਊਬਵੈੱਲਾਂ ਰਾਹੀਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਜ਼ਮੀਨ ਦੇ ਵਿੱਚ ਬੋਰ ਕਰਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਕੁਝ ਇਲਾਕਿਆਂ ਦੇ ਵਿੱਚ ਪਾਣੀ 11 ਫੁੱਟ ਤੋਂ ਵੀ ਯਾਨੀ ਕਿ 500 ਫੁੱਟ ਤੱਕ ਹੇਠਾਂ ਚਲਾ ਗਿਆ। ਇਹੀ ਕਾਰਨ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਨਹਿਰੀ ਪਾਣੀ ਵੱਲ ਕਿਸਾਨਾਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ, ਤਾਂ ਜੋ ਪਾਣੀ ਦੇ ਗਿਰਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ। ਕਾਇਨੀਜ਼ ਪੰਜਾਬ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ।